ਜਦੋਂ ਤੁਹਾਨੂੰ ਪਤਾ ਪਿਆ ਤੁਸੀਂ ਸਰੋਹ ਤੇ ਜਾਣਾ ਆ, ਤੁਸੀਂ ਤੁਰਨ ਤੋਂ ਪਹਿਲਾਂ ਯਾਰਡ ਦੇ ਵਿੱਚ ਆਪਣੀਆਂ ਚੈਨਾਂ ਇੰਸਪੈਕਟ ਕਰ ਲਵੋ ਤੇ ਫਿਰ ਤੁਹਾਨੂੰ ਉੱਥੇ ਫਿਰ ਪ੍ਰੋਬਲਮ ਨਹੀਂ ਆਉਣੀ ਜਾਏਗੀ। ਉੱਥੇ ਨਾ ਇੱਕ ਟਾਈਮ ਵੇਸਟ ਹੋਣਾ ਤੇ ਨਾ ਤੁਹਾਨੂੰ ਪ੍ਰੋਬਲਮ ਆਉਣੀ ਵੀ ਚੈਨ ਛੋਟੀ ਪੈ ਗਈ ਆ। ਤੇ ਹੁਣ ਭਾਅ ਜੀ ਆਪਾਂ ਚੱਕ ਕੇ ਟਾਇਰਾਂ ਤੇ ਪਾਉਣੇ ਆ ਨੰਬਰ ਗਿਣਤੀ ਨੇ ਭਾਅ ਜੀ। ਪਾਉਣ ਤੋਂ ਪਹਿਲਾਂ ਦੋ ਚੀਜ਼ਾਂ ਚੈੱਕ ਕਰਨ ਵਾਲੀਆਂ ਕਿ ਆ ਜਿਹੜੇ ਆਹ ਲੋਕ ਅਨਲੋਕ ਕਰਨ ਵਾਲੇ ਆ ਜਿਹੜੇ ਕਲੈਂਸ ਇਹ ਬਾਹਰ ਨੂੰ ਹੁਣ ਤੁਹਾਡੀ ਸਾਈਡ ਨੂੰ ਤੇ ਜਿਹੜਾ ਆਹ ਆ ਹੁੱਕ ਆ ਜਿਹੜੀ ਹੁੱਕ ਟਾਇਰ ਦੇ ਉੱਪਰ ਨਾ ਹੋਵੇ ਆ ਫਲੈਟ ਸਾਈਡ ਟਾਇਰ ਦੇ ਉੱਪਰ ਜਾ ਕੇ ਵਿਛੇ। ਮੈਂ ਤੁਹਾਨੂੰ ਹੁਣੇ ਚੱਕ ਕੇ ਦਿਖਾਉਣਾ ਹੈ ਜਿੱਦਾਂ ਪਈ ਆ ਹਨਾ। ਜੇ ਤੁਸੀਂ ਇੱਥੋਂ ਚੱਕੋਗੇ ਇੱਧਰਲੀ ਸਾਈਡ ਹੁੱਕ ਆ ਜੀ, ਇੱਧਰ ਸਾਈਡ ਫਲੈਟ ਆ, ਇੱਧਰਲੀ ਸਾਈਡ ਜੇ ਚੱਕੋਗੇ ਤੁਸੀਂ ਜਿੱਦਾਂ ਜਾਓਗੇ ਟਾਇਰ ਦੇ ਉੱਪਰ ਪਾ ਦਿੰਦੇ ਹਾਂ, ਟਾਇਰ ਦੇ ਉੱਪਰ ਪਾਈ ਆ ਕੇ ਤੇ ਜਿਹੜੀ ਆਹ ਬਾਹਰਲੀ ਸਾਈਡ ਨੂੰ ਆ ਗਈ ਆ ਜਾਂ ਉੱਪਰ ਨੂੰ ਹੋ ਗਿਆ। ਇਹਦਾ ਮਤਲਬ ਉੱਪਰ ਕਰਨ ਦਾ ਇਹੀ ਆ ਕਿ ਜੇ ਇਹ ਥੱਲੇ ਨੂੰ ਹੈ ਨਾ ਇੱਧਰਲੀ ਸਾਈਡ, ਜੇ ਥੱਲੇ ਨੂੰ ਹੈ ਨਾ ਇਹਨੇ ਟਾਇਰ ਦੇ ਵਿੱਚ ਖੁੱਭ ਜਾਣਾ, ਟਾਇਰ 'ਚ ਖੁੱਭ ਗਿਆ ਟਾਇਰ 'ਚ ਫਿਰ ਇਹ ਫਲੈਟ ਹੋ ਜੂ ਟਾਇਰ ਬਾਅਦ 'ਚ ਵਿੱਚ ਜਦੋਂ ਜਦੋਂ ਉਹਦੇ ਉੱਪਰ ਚੱਲਦੀ ਇਹ। ਜੇ ਬਾਹਰ ਨੂੰ ਆ ਕੋਈ ਚਾਂਸਿਸ ਨਹੀਂ ਹੈਗਾ ਇਹਦਾ ਟਾਇਰ 'ਚ ਖੁੱਭਣ ਦਾ। ਅਤੇ ਆਹ ਅਨਲੋਕ ਆ ਇਹ ਬਾਹਰ ਨੂੰ ਆ, ਇਹੀ ਗਿਣਤੀ ਦੀਆਂ ਦੋ ਚੀਜ਼ਾਂ ਜਿਹੜੀਆਂ ਜਦੋਂ ਤੁਸੀਂ ਟਾਇਰ ਦੇ ਉੱਪਰ ਪਾਉਣੀਆਂ ਆ ਟਾਇਰ ਦੇ ਉੱਪਰ ਪੈ ਗਈਆਂ ਮੇਨ ਭਾਅ ਜੀ ਇਹੀ ਆ। ਚਲੋ ਹੁਣ ਤਾਂ ਮੈਂ ਟ੍ਰੇਲਰ ਅਨਹੁ ਕੀਤਾ ਹੋਇਆ, ਮੈਂ ਵਿੱਚ ਆ ਗਿਆ, ਵਿੱਚ ਨਾ ਵੀ ਆ ਹੁੰਦਾ ਤੁਹਾਡੇ ਕੋਲ ਟ੍ਰੇਲਰ ਪਿਆ ਆ। ਇੱਥੋਂ ਖੜ ਕੇ ਹੁਣ ਤੁਸੀਂ ਦੇਖੋ ਇੱਧਰ ਨੂੰ ਚੈਨ ਗਈ ਹੋਈ ਆ, ਮੈਂ ਜੋ ਛੁੱਟੀ ਆ ਇੱਧਰੋਂ ਬਾਹਰ ਨੂੰ ਆਈ ਹੋਈ ਆ। ਜੇ ਤੁਸੀਂ ਚੈਨ ਪਾਰੀ ਪੂਰੀ ਤੁਹਾਡੀ ਮਿਡਲ 'ਚ ਆ, ਪੂਰੀ ਮਿਡਲ 'ਚ ਆ, ਪੂਰਾ ਸਨੱਗ ਕਰਦੀ ਆ ਟਾਇਰ ਨੂੰ ਹੈ ਨਾ ਜੀ, ਕੋਈ ਵੀ ਇੰਜੀਟੇਲੀ ਨਹੀਂ ਹੈਗੀ, ਨਾ ਬਾਹਰੀ ਬਾਹਰ ਨੂੰ ਆ ਅਤੇ ਨਾ ਜ਼ਿਆਦਾ ਅੰਦਰ ਨੂੰ ਆ। ਕੋਈ ਜੇ ਜ਼ਿਆਦਾ ਅੰਦਰ ਨੂੰ ਆ ਇੱਥੇ ਕੁ ਪੈ ਜਾਂਦੀ ਆ, ਇਹਦਾ ਚਾਂਸ ਜ਼ਿਆਦਾ ਹੋ ਜਾਂਦਾ ਚੈਨ ਦਾ, ਹੌਲੀ ਹੌਲੀ ਜਾ ਕੇ ਵਿੱਚ ਡਿੱਗ ਪੈਣਾ ਅਤੇ ਐਕਸਲ 'ਚ ਤਾਂ ਐਕਸਲ ਬ੍ਰੇਕ ਕਰੂਗੀ ਹੈ ਨਾ ਜੀ। ਅਤੇ ਜੇ ਬਾਹਰ ਹੀ ਬਾਹਰ ਨੂੰ ਆ ਇੱਦਾਂ ਪਈ ਹੋਈ ਆ ਇਹਦਾ, ਫਿਰ ਉਹਨੂੰ ਪਿੱਛੋਂ ਦੇਖੋ ਸਾਈਡ ਤੋਂ, ਇੱਥੋਂ ਦੇਖਦੇ ਹਾਂ ਇੱਥੋਂ ਬਾਹਰ ਇੱਥੋਂ ਨਿਕਲ ਜਾਣੀ ਆ, ਫਿਰ ਤੁਹਾਡੀ ਚੈਨ ਸਾਰੀ ਲਿੱਥ ਜਾਣੀ ਆ। ਇੱਦਾਂ ਆਪਾਂ ਸੜਕਾਂ 'ਤੇ ਦੇਖੀਆਂ ਹੋਣੀਆਂ ਕਿੱਦਾਂ ਲੂਜ਼ ਚੈਨਾਂ ਪਈਆਂ ਹੁੰਦੀਆਂ ਰੋਡਾਂ 'ਤੇ, ਅਤੇ ਇਹੀ ਆਈ ਫਿਰ ਭਾਈ ਮਿਡਲ 'ਚ ਆ, ਉੰਨੀ ਜਿੰਨੀ ਅੰਦਰ ਨੂੰ ਆ ਇੰਨਾ ਘੱਟੋ ਘੱਟ ਇੰਨੀ ਹੋਈ ਇੱਧਰ ਨੂੰ ਆ ਹੈ ਨਾ ਜੀ, ਪੂਰੀ ਮਿਡਲ 'ਚ ਹੈ ਨਾ ਜੀ। ਅਤੇ ਜੇ ਮਿਡਲ 'ਚ ਤਾਂ ਦੂਜਾ ਜਿਹੜਾ ਪਾ ਕੇ ਚੈਨਾਂ ਟ੍ਰਿਕ ਆ ਜੀ, ਜੇ ਤੁਸੀਂ ਪਿੱਛੋਂ ਦੇਖੋ ਆ ਗਏ ਹੈ ਨਾ ਜੀ ਇੱਧਰ ਨੂੰ, ਪਿੱਛੋਂ ਦੇਖਣ ਆ ਗਏ ਅਤੇ ਤੁਸੀਂ ਜੇ ਆ ਜਿਹੜੀ ਲਾਸਟ ਲਾਈਨ 'ਚ ਆ, ਲਾਸਟ ਲਾਈਨ 'ਚ ਆ ਜੀ ਇਵੇਂ ਇਹ ਜਿੱਦਾਂ ਮੈਂ ਚੈਨਾ ਪਾਉਣਾ ਮੈਂ ਉਸ ਤਰ੍ਹਾਂ ਨਾਲ ਦੱਸ ਰਿਹਾ ਜਿਹੜਾ ਮੈਨੂੰ ਸਿੰਪਲ ਲੱਗਾ ਓਵਰ ਦਾ ਟਾਈਮ। ਉਹਦਾ ਟਾਈਮ ਜਿਹੜਾ ਮੈਨੂੰ ਚੈਨਾ ਪਾਉਣ ਦਾ ਸਿੰਪਲ ਲੱਗਿਆ ਆ ਕਿ ਮੇਰਾ ਟਾਈਮ ਘੱਟ ਬੱਚ ਮੇਰਾ ਘੱਟ ਲੱਗੇ ਅਤੇ ਚੈਨਾ ਸਹੀ ਪੈਣ, ਉਹ ਮੇਰਾ ਇਹੀ ਰਿਹਾ ਆ ਕਿ ਲਾਸਟ ਲਾਈਨ 'ਚ ਆ ਰੋਡ ਨੂੰ ਟੱਚ ਕਰਦੀ ਆ, ਲਾਸਟ ਲਾਈਨ ਰੋਡ ਨੂੰ ਟੱਚ ਕਰਦੀ ਆ। ਟੱਚ ਕਰਨ ਦਾ ਮਤਲਬ ਲਾਸਟ ਲਾਈਨ ਕਿਉਂ ਵਾਰ ਵਾਰ ਤਾਂ ਕਹੀ ਜਾਂਦਾ, ਕੋਈ ਸਾਰੀਆਂ ਚੈਨਾਂ ਚਾਰੇ ਜਿਹੜੀਆਂ ਹੁਣ ਮੈਂ ਪਾਉਣੀਆਂ ਸੇਮ ਲੈਂਥ ਪਿੱਛੇ ਛੱਡਣੀ, ਮੈਂ ਸੇਮ ਲੈਂਥ ਪਿੱਛੇ ਛੱਡੂੰਗਾ ਜੋ ਟਰੈਕਟਰ ਮੈਂ ਪਿੱਛੇ ਨੂੰ ਕਰਨਾ ਆ। ਪਿੱਛੇ ਨੂੰ ਜਦੋਂ ਕੀਤਾ ਸਾਰਿਆਂ ਦੀ ਇੱਥੇ ਆ ਕੇ ਸੇਮ ਜਗ੍ਹਾ 'ਤੇ ਆ ਕੇ ਰੁਕ ਜਾਣੀ ਆ, ਕਿਉਂਕਿ ਲੈਂਥ ਸੇਮ ਆ, ਲੈਂਥ ਸੇਮ ਹੋਊਗੀ ਉੱਥੇ ਜਾ ਕੇ ਰੁਕੂਗੀ। ਅਤੇ ਮੈਨੂੰ ਇੱਕ ਵਾਰੀ ਟਰੱਕ ਮੂਵ ਕਰਨਾ ਪੈਣਾ, ਦੋ ਤਿੰਨ ਵਾਰੀ ਉਹਨੂੰ ਟਰੱਕ ਨਹੀਂ ਅੱਗੇ ਪਿੱਛੇ ਕਰਨਾ ਪੈਣਾ ਕਿਉਂਕਿ ਮੈਂ ਲੈਂਥ ਸੇਮ ਰੱਖੀ ਆ। ਅਤੇ ਮੈਨੂੰ ਇਹ ਸੌਖਾ ਰਿਹਾ ਆ ਨੌ ਦੇ ਵਿੱਚ, ਇੱਦਾਂ ਹੁਣ ਲਾਸਟ ਲਿੰਕ ਥੱਲੇ ਥੱਲੇ ਜਦੋਂ ਦੱਸ ਦਿਆਂ ਲਾਸਟ ਲਿੰਕ ਥੱਲੇ ਆ, ਕੁੜੀ ਥੱਲੇ ਨੂੰ ਕਰ ਦਿੱਤੀ ਜਾਂਦੇ ਵਿੱਚ ਆਹ ਪੂਰੀ ਸਨੱਗ ਕਰ ਰਹੀ ਹੈ ਨਾ ਜੀ ਹੈ ਜੀ। ਤੇ ਆ ਥੱਲੇ ਨਾ ਵੀ ਇਹਨਾਂ ਦੇ ਥੋੜ੍ਹੇ ਬਾਹਰ ਨੂੰ ਰਹਿ ਜਾਓ, ਸੇਮ ਥਿੰਗ ਇੱਧਰੋਂ ਬਾਹਰ ਨੂੰ ਰਹਿ ਜਾਓ ਥੋੜ੍ਹਾ ਜਿਹਾ, ਠੀਕ ਹੈ ਜੀ। ਹੁਣ ਜੇ ਤੁਸੀਂ ਮਾੜਾ ਜਿਹਾ ਇੱਧਰੋਂ ਦਿਖਾ ਦਵੋ ਟਾਇਰ ਦੇ ਉੱਪਰੋਂ ਵੀ ਨਾ ਜ਼ਿਆਦਾ ਅੰਦਰ ਨੂੰ ਆ ਨਾ ਜ਼ਿਆਦਾ ਬਾਹਰ ਨੂੰ ਆ ਹੈਨਾ ਜੀ, ਕਿਉਂਕਿ ਮੇਨ ਇਹੀ ਹੁੰਦਾ ਕਿ ਆਹ ਜਿਹੜਾ ਲੈਂਕ ਨਾ ਸਾਹਮਣੇ ਇਹ ਵਿੰਗਾਂ ਨਾਲ ਹੋਇਆ ਹੋਵੇ, ਐਂ ਵਾਲਾ ਐਂ ਹੋਇਆ ਇਹਦਾ ਮਤਲਬ ਜੇ ਚੈਨ ਅੱਗੇ ਨੂੰ ਵਿੱਚ ਨੂੰ ਡਿੱਗੂ ਜਾਂ ਬਾਹਰ ਨੂੰ ਡਿੱਗੂ ਸਹੀ ਸਨੱਗ ਕਰ ਰਿਹਾ ਨਾ, ਇਹ ਗਰੰਟੀ ਆ ਜੀ। ਜੇ ਤੁਸੀਂ ਬਾਹਲਾ ਤੇਜ਼ ਨਹੀਂ ਭਜਾਉਂਦੇ ਟਰੱਕ ਗਰੰਟੀ ਆ ਜੀ, ਲਿੰਕ ਵੀ ਨਹੀਂ ਟੁੱਟਣੀ ਅਤੇ ਤੁਹਾਡੀ ਚੈਨ ਨੂੰ ਲਿਥਣੀ, ਗਰੰਟੀ ਆ ਜੀ ਇਹ ਭਾਈ। ਗਰੰਟੀ ਦਾ ਆਪਣੇ ਐਕਸਪੀਰੀਅੰਸ ਤੋਂ ਮੈਂ ਦੇ ਰਿਹਾ ਹਾਂ, ਜਿੱਦਾਂ ਮੇਰਾ ਐਕਸਪੀਰੀਅੰਸ ਰਿਹਾ ਆ ਮੈਨੂੰ ਪ੍ਰੋਬਲਮ ਨਹੀਂ ਆਈ ਹੈਗੀ। ਅਤੇ ਸੇਮ ਤਾਂ ਇੱਦਾਂ ਹੀ ਆ ਜੀ, ਜਿੱਦਾਂ ਮੈਂ ਦੱਸਿਆ ਸੀਗਾ ਗਾ ਆਹ ਆਪਾਂ ਉੱਪਰ ਰੱਖਣਾ ਫਲੈਟ ਸਾਈਡ ਥੱਲੇ ਆ, ਉਹ ਬਾਹਰ ਨੂੰ ਆਪਣੇ ਨੂੰ ਰੱਖੀ ਜਾਵਾਂਗਾ ਸੇਮ ਥਿੰਗ ਜੀ ਇੱਧਰ ਲਿੰਕ ਆਪਾਂ ਬਿਲਕੁਲ ਸੇਮ ਰੱਖਣੀ ਜੀ, ਆ ਬਾਹਰ ਨੂੰ ਆ ਉੱਪਰ ਨੂੰ ਆ ਜਾਂ ਬਾਹਰ ਨੂੰ ਆਪਣੇ ਸੈਮ ਲਿੰਕ ਇੱਕ ਥੱਲੇ ਨੂੰ ਪੂਰੀ ਸਹੀ ਸਲਾਹ ਕਰ ਰਹੀ ਹੈ ਜੀ।
ਇਹ ਲਾਸਟ ਲਿੰਕ ਇਹ ਆਪਣੇ ਟੱਚ ਕਰ ਦਈਏ ਰੋਡ ਨੂੰ ਫਲੋਰ ਨੂੰ ਇਹ ਪੈਦਾ ਕਰ ਦੇ ਕੋਈ ਵਿੰਗਾ ਟੇਡਾ ਨਹੀਂ ਪੂਰਾ ਸਹੀ ਆ ਜੇ ਤੁਸੀਂ ਇੱਕ ਟ੍ਰੇਲਰ ਹੈਗਾ ਵਿੱਚ ਜਾਣ ਦੀ ਹੁਣ ਤਾਂ ਮੈਂ ਜਗ੍ਹਾ ਮੈਂ ਤਾਂ ਮੈਂ ਚੱਲ ਜਾਂਦਾ ਪਰ ਜੇ ਨਹੀਂ ਇੱਥੇ ਟ੍ਰੇਲਰ ਤੁਹਾਡਾ ਹੈਗਾ ਵਿੱਚ ਜਾਣ ਦੀ ਬਿਨਾਂ ਵੀ ਸਹੀ ਹੋ ਜਾਣੀ ਹੈ ਹੁਣ ਜੀ ਇੱਦਾਂ ਹੀ ਮੈਂ ਨਾ ਹੁਣ ਅੰਦਰ ਜਾ ਕੇ ਟਰੱਕ ਪਿੱਛੇ ਨੂੰ ਤੋੜ ਦੇਣਾ ਹੁਣ ਭਾਜੀ ਮੈਂ ਟਰੱਕ ਪਿੱਛੇ ਨੂੰ ਤੋੜਨਾ ਜ਼ਿਆਦਾਤਰ ਜਿੰਨਾ ਕੁ ਮੇਰਾ ਐਕਸਪੀਰੀਅੰਸ ਰਿਹਾ ਆ ਜਦੋਂ ਚੈਨਾਂ ਪਾਉਣੀਆਂ ਆਪਾਂ ਹਮੇਸ਼ਾ ਹਾਈ ਐਲੋਵੇਸ਼ਨ ਨੂੰ ਜਾਈਦਾ ਚੜ੍ਹਾਈ ਵੱਲ ਨੂੰ ਜਾਈਦਾ ਅਤੇ ਤਾਂ ਕਰਕੇ ਮੈਂ ਲਾਸਟ ਲਿੰਕ ਥੱਲੇ ਨੂੰ ਕਰ ਰਿਹਾ ਕਿਉਂਕਿ ਜਦੋਂ ਚੜ੍ਹਾਈ 'ਤੇ ਹੋਣਾ ਆਪਾਂ ਟਰੱਕ ਪਿੱਛੇ ਨੂੰ ਰੇੜਨਾ ਸੌਖਾ ਆ ਜਾਂ ਹਾਲਾਂਕਿ ਜੇ ਅੱਗੇ ਨੂੰ ਤੋਰੀਏ ਅੱਗੇ ਨੂੰ ਤੋਰਾਂਗੇ ਥੱਲੇ ਸਨੋਅ ਆ ਟਰੱਕ ਕਰ ਜਾਣਾ ਸਲਿਪ ਜੀ ਨਾ ਅਟਰੈਕਸ਼ਨ ਹੋਈ ਚੈਨਾਂ ਹੋ ਜਾਣੀ ਇਕੱਠੀਆਂ ਇਕੱਠੀਆਂ ਚੈਨਾਂ ਹੋ ਕੇ ਡਿੱਗ ਪੈਣੀਆਂ ਚੈਨ ਟਾਇਰ 'ਤੇ ਨਹੀਂ ਰਹਿਣੀ ਹੈਗੀ ਭਾਜੀ ਇੰਨਾ ਕੁ ਹੁਣ ਟਰੱਕ ਪਿੱਛੇ ਨੂੰ ਤੋਰ ਕੇ ਹੁਣ ਜਿਹੜਾ ਮੈਂ ਦੱਸ ਰਿਹਾ ਸੀਗਾ ਸਾਰਿਆਂ ਦੀ ਲੈਂਥ ਸੇਮ ਹੋਵੇ ਹੁਣ ਜੇ ਤੁਸੀਂ ਦੇਖੋ ਇੰਨੀ ਉਨੀ ਆਪਣੇ ਥੱਲਿਓਂ 'ਚ ਨਿਕਲੀ ਆ ਇੰਨੀ ਅਗਲੇ ਟਾਇਰਾਂ ਦੀ ਅਤੇ ਇੰਨੀ ਆਪਾਂ ਉੱਧਰ ਦੇਖਦੇ ਹਾਂ ਜੀ ਉਹਨੀਆਂ ਦੋ ਤਿੰਨ ਲੈਂਕਾਂ ਜਿੱਦਾਂ ਉੱਧਰ ਸੀਗੀਆਂ ਇੱਧਰ ਨਿਕਲੀਆਂ ਹੋਈਆਂ ਤਾਂ ਦੋ ਤਿੰਨ ਲੈਂਕਾਂ ਇੱਧਰ ਨਿਕਲੀਆਂ ਹੋਈਆਂ ਬਾਹਰ ਦੀਆਂ ਜੀ ਅਤੇ ਹੁਣ ਕਹਿਣ ਦਾ ਮਤਲਬ ਵੀ ਹੁਣ ਆਪਾਂ ਟਰੱਕ ਮੂਵ ਉਹਦੇ ਕਰਨਾ ਪੈਣਾ ਟਰੱਕ ਆਪਾਂ ਤੋੜਨਾ ਹੁਣ ਅਦਰਵਾਈਜ਼ ਲੋੜ ਨਹੀਂ ਹੈਗੀ ਸੋ ਹੁਣ ਸਭ ਤੋਂ ਪਹਿਲਾਂ ਝੋਲ ਇੱਥੇ ਕਈ ਵਾਰ ਪੈ ਜਾਂਦੀ ਹੈ ਝੋਲ ਇੱਥੇ ਪੈ ਜਾਂਦੀ ਹੈ ਜਦੋਂ ਸ਼ੁਰੂ ਕਰਨੀ ਨਾ ਪਾਣੀ 'ਚੋਂ ਪਾਣੀ 'ਚੋਂ ਐਨ ਇੱਥੇ ਸ਼ੁਰੂ ਕਰਨੀ ਹੈ ਜੀ ਖਿੱਚ ਕੇ ਨਾ ਕਰਕੇ ਪੂਰਾ ਜਿਹਨਾਂ ਟਾਇਰ ਨਾਲ ਚੈਨ ਸਨੈਕ ਕਰੇ ਇਹ ਦੇਖ ਆਪਣੀ ਚੈਨ ਛੋਟੀ ਨਹੀਂ ਪੈਣੀ ਦੂਜੀ ਆਪਣੀ ਚੈਨ ਢਿੱਲੀ ਨਹੀਂ ਪੈਣੀ ਤਾਂ ਹੁਣ ਹਮੇਸ਼ਾ ਅੰਦਰਲੀ ਸਾਈਡ ਤੋਂ ਹੁੱਕ ਕਰਨੀ ਆ ਅੰਦਰਲੀ ਸਾਈਡ ਉਹਨੇ ਅੰਦਰਲੀ ਸਾਈਡ ਹੁੱਕ ਕੀਤੀ ਆ ਇਹਨੂੰ ਦੇਖਿਆ ਜੀ ਇਹ ਤੋਂ ਬਾਅਦ ਦੇਖੋ ਜੀ ਇਹ ਆਹ ਹੁੱਕ ਹੋ ਗਈ ਅੰਦਰ ਦੇਖਿਆ ਹੈ ਨਾ ਹੁੱਕ ਹੋ ਗਈ ਆ ਜਸਟ ਇਨ ਖੇਸ ਤੁਹਾਡੀ ਰੀਚ ਨਹੀਂ ਹੋ ਰਹੀ ਹੈਗੀ ਅਤੇ ਤੁਸੀਂ ਆਹ ਤਾਂ ਹੁਣ ਗੱਲ ਸੀ ਜਸਟ ਇਨ ਕੇਸ ਰੀਚ ਨਹੀਂ ਹੋ ਗਈ ਥੋੜ੍ਹੀ ਜਿਹੀ ਚੈਨ ਇੱਥੋਂ ਥੋੜ੍ਹੀ ਜਿਹੀ ਚੈਨ ਨਾ ਟਾਇਰ ਦੇ ਇੱਧਰੋਂ ਕਰ ਦੇਣੀ ਆ ਥੋੜ੍ਹੀ ਜਿਹੀ ਟੈਂਪਰੇਰੀ ਹੁੱਕ ਪਾਉਣ ਲਈ ਫਿਰ ਜੇ ਤੁਹਾਡੀ ਪ੍ਰੋਬਲਮ ਆ ਰਹੀ ਆ ਫਿਰ ਚੈਨ ਪੈ ਜਾਣੀ ਆ ਪਰ ਅਦਰਵਾਈਜ਼ ਤਾਂ ਲੋੜ ਨਹੀਂ ਹੈਗੀ ਜੇ ਤੁਸੀਂ ਸਹੀ ਪ੍ਰੋਪਰ ਸਟੈਪ ਫੋਲੋ ਕੀਤੇ ਨਾ ਤਾਂ ਲੋੜ ਨਹੀਂ ਹੈਗੀ ਚੈਨ ਚੜਾਉਣ ਕੰਮ ਕਰਨ ਇਹ ਤਾਂ ਆਰਾਮ ਨਾਲ ਜੀ ਦੇਖੋ ਇਹ ਆਰਾਮ ਨਾਲ ਪੈ ਜਾਣੀ ਪਹਿਲੇ ਪੈ ਸੀ ਉੱਧਰ ਪਹਿਲੇ ਜੇ ਪਾ ਗਏ ਇੱਧਰੋਂ ਜੀ ਜਿਹੜੀ ਆਹ ਵਾਲਾ ਜੀ ਵੀ ਜਿੰਨਾ ਕੁ ਜਿੰਨਾ ਚਿਰ ਮੈਨੂੰ ਚੈਨਾਂ ਪਾਉਣ ਦੇਣ ਹੋ ਗਿਆ ਜੇ ਮੈਨੂੰ ਅੱਜ ਤੱਕ ਕੋਈ ਚੈਨ ਵਧੀਆ ਲੱਗੀ ਆ ਮੈਨੂੰ ਆਹ ਵਾਲੀ ਚੈਨ ਵਧੀਆ ਲੱਗੀ ਆ ਜੀ ਇਹ ਚਾਬੀ ਵਾਲੀ ਜਿਹੜੀ ਚੈਨ ਹੈ ਨਾ ਜੀ ਢਿੱਲੀ ਨਹੀਂ ਹੋਣੀ ਜੀ ਜਿੰਨਾ ਕੁ ਮੇਰਾ ਐਕਸਪੀਰੀਅੰਸ ਰਿਹਾ ਇਹ ਦੇਖੋ ਜੀ ਇੱਧਰ ਇਹਦਾ ਵੀ ਪਾਉਣ ਦਾ ਤਰੀਕਾ ਜੀ ਤੁਹਾਨੂੰ ਲੱਗਦਾ ਇੱਥੇ ਪੈ ਜਾਣੀ ਇਹ ਦੂਜੇ 'ਚ ਪਾ ਕੇ ਇੱਥੇ ਮੁੱਚ ਕੱਢ ਕੇ ਇੱਧਰ ਜੀ ਪਰ ਆ ਲਓ ਜੀ ਦੇਖੋ ਜੀ ਆਲਰੇਡੀ ਚੇਨ ਕਾਫੀ ਟਾਈਟ ਆ ਹਾਲੇ ਆਪਾਂ ਇਹਨਾਂ ਲੋਕ ਨਹੀਂ ਕੀਤਾ ਹੈਗਾ ਜਸਟ ਇਨ ਖੇਸ ਤੁਹਾਡੀ ਚੈਨ ਤੁਹਾਨੂੰ ਲੱਗਦਾ ਤੁਸੀਂ ਹੋਰ ਟਾਈਟ ਕਰ ਸਕਦੇ ਹਾਂ ਦੇਖਿਓ ਜੀ ਇੱਧਰ ਅਤੇ ਜੇ ਆਪਾਂ ਟਰਾਈ ਕਰਦੇ ਹਾਂ
ਇੱਥੇ ਪੈ ਜਾਏ। ਦੇਖੋ ਜੀ ਇਹ ਤੀਸਰੇ 'ਚ ਪਾਉਣਾ, ਅੱਗੇ ਦੂਸਰੀ ਲਾਈਨ 'ਚ ਪਾਈ ਸੀ ਆਪਾਂ, ਹੁਣ ਤੀਸਰੀ ਲਾਈਨ 'ਚ ਪਾਉਣੀ ਜੀ। ਇੱਧਰ ਤੀਸਰੀ 'ਚ ਪਾਓ। ਅੱਜ ਤਾਂ ਮੈਂ ਗਲਵਜ਼ ਨਹੀਂ ਪਾਏ ਹੈਗੇ, ਯਾਰਡ 'ਚ ਆਪਾਂ ਟਰਾਈ ਕਰਦੇ ਸੀ, ਪਰ ਜੇ ਗਲਵਜ਼ ਪਾਇਆ ਤੁਹਾਡਾ ਜ਼ੋਰ ਬਹੁਤ ਸੋਹਣਾ ਲੱਗਦਾ। ਪ੍ਰੋਪਰ ਤੁਹਾਡੇ ਗੀਅਰ ਹੈਗੇ ਨਾ ਜੀ, ਤੁਹਾਡੇ ਕੋਲ ਚੈਨਾਂ ਬਹੁਤ ਸੋਹਣੀਆਂ ਪੈਣੀਆਂ। ਹੁਣ ਮੈਂ ਪਹਿਲਾਂ ਦੂਜੇ 'ਚ ਮੈਂ ਲਾਈ ਸੀ, ਹੁਣ ਤੀਜੇ 'ਚ ਲਾਈ। ਦੇਖੋ ਜੀ ਗਲਵਜ਼ ਪਾਏ ਹੋਣਗੇ, ਜ਼ੋਰ ਵਧੀਆ ਲੱਗੇ। ਹੁਣ ਆ ਜਿਹੜਾ ਆਹ ਇੱਧਰ ਪੀਸ ਆ, ਉਹਦੇ ਵਿੱਚ ਜਾ ਕੇ ਪਾਉਣੀ ਆਪਾਂ। ਜਿੰਨੀ ਜਵਾਨ ਨਾਲ ਆਹ ਚੈਨ ਪਾਈ ਆ, ਮੰਨ ਲਓ ਤੁਸੀਂ ਆ ਘੁਮਾ ਕੇ ਵੀ ਦੇਖ ਲਓ ਜੇ ਘੁੰਮ ਕੇ ਤਾਂ। ਮੇਰਾ ਕਹਿਣ ਦਾ ਮਤਲਬ ਆ ਘੁਮਾਉਣੇ ਦਾ ਵਾ ਫਿਰ ਵੀ ਆ, ਪਰ ਆਲਰੇਡੀ ਆਲਰੇਡੀ ਚੈਨ ਤੁਹਾਡੀ ਦੇਖੋ ਜੀ ਨਫ ਟਾਈਟ ਹੋ ਗਈ ਆ। ਹੁਣ ਚਾਬੀ ਦੇ ਨਾਲ ਆਉਂਦੀ ਆ ਜੀ ਹਰ ਬੈਗ ਦੇ, ਆਪਾਂ ਹਰੇ ਬੈਗ ਖੋਲੇ ਆ ਭਾਜੀ ਬਣਾ ਲਏ, ਚਾਬੀ ਦੇ ਨਾਲ ਆਉਂਦੀ ਆ ਨਾ ਜੀ, ਬਹੁਤ ਜ਼ਰੂਰੀ ਆ ਜੀ ਇਹ। ਜਦੋਂ ਕੱਸਣਾ ਸ਼ੁਰੂ ਕਰਨਾ ਜੀ, ਕੋਸ਼ਿਸ਼ ਆ ਜਿਹੜੇ ਥੱਲੇ ਹੋ ਉੱਥੋਂ ਕੱਸਣੇ ਸ਼ੁਰੂ ਕਰੋ, ਥੱਲੇ ਹੋ ਤਾਂ ਮੈਂ ਕਹਿੰਦਾ ਕੱਸਣੇ ਸ਼ੁਰੂ ਕਰੋ ਜੇ ਤੁਹਾਡੀ ਨੱਕ ਚੇਨ ਆ। ਥੱਲੇ ਹਮੇਸ਼ਾ ਝੋਲ ਪਈ ਹੁੰਦੀ ਆ, ਆਹ ਦੇਖੋ ਜੀ ਉੱਪਰ ਉੱਪਰ ਤਾਂ ਆਪਾਂ ਖਿੱਚ ਦਿੱਤੀ ਆ, ਸਾਰਾ ਕੁਝ ਦੇਖ ਰਿਹਾ। ਹੁਣ ਜਿੱਥੇ ਟਾਇਰ ਪਿਆ ਹੋਇਆ ਚੈਨ 'ਤੇ ਉੱਥੇ ਥੋੜ੍ਹੀ ਜਿਹੀ ਝੋਲ ਹੋ ਸਕਦੀ, ਢਿੱਲ ਹੋ ਸਕਦੀ, ਇੱਥੋਂ ਕੱਸਣਾ ਸੌਖਾ ਆ। ਪਹਿਲਾਂ ਆਹ ਕੱਸਦਾ, ਬਾਅਦ 'ਚ ਇੱਥੇ ਤੁਹਾਡਾ ਜ਼ੋਰ ਲੱਗਣਾ ਕਿ ਤੁਸੀਂ ਬੈਠੇ ਆ, ਤੁਹਾਡਾ ਜ਼ੋਰ ਸਹੀ ਨਹੀਂ ਲੱਗਣਾ ਹੈਗਾ ਥੱਲੇ ਕੱਸ ਦਿੱਤਾ ਸਹੀ ਜੀ। ਇੱਕ ਥੋੜ੍ਹੀ ਜਿਹਾ ਦੂਸਰੀ ਹੈਗੀ ਚਾਬੀ ਵਿੰਗੀ ਹੋਣ ਲੱਗ ਪਈ ਆ ਜੀ, ਪਰ ਇਹ ਨੱਪ ਟਾਈਟ ਆ ਕਿ ਤੁਹਾਨੂੰ ਹੁਣ ਕੱਸਣ ਦੀ ਲੋੜ ਨਹੀਂ ਹੈਗੀ। ਆਹ ਟਰਾਈ ਕਰਕੇ ਦੇਖ ਲੈਂਦੇ ਹਾਂ, ਚਾਬੀ ਟੁੱਟ ਗਈ ਜੀ। ਕਹਿਣ ਦਾ ਮਤਲਬ ਵੀ ਇਹ ਨਾਫੀ ਬਹੁਤ ਕੱਸ ਹੋ ਗਈ ਹੈ ਜੀ, ਹੋਰ ਕੱਸਣ ਦੀ ਲੋੜ ਨਹੀਂ ਹੈਗੀ, ਪਰ ਟੁੱਟਣੀ ਚਾਹੀਦੀ ਸੀ ਇਹ, ਪਰ ਟੁੱਟ ਫਿਰ ਵੀ ਗਈ ਹਾਲੇ ਨਵੀਂ ਗੱਡੀ ਬੈਗ 'ਚੋਂ। ਕਹਿਣ ਦਾ ਮਤਲਬ ਕੱਸੀ ਬਹੁਤ ਗਈ ਆ ਅਤੇ ਲੋੜ ਨਹੀਂ ਹੈਗੀ ਤੁਹਾਨੂੰ ਹੋਰ ਕੱਸਣ ਦੀ, ਪਰ ਤੁਹਾਨੂੰ ਫਿਰ ਵੀ ਲੱਗਦਾ ਮੀਲ ਚਲਾ ਕੇ ਦੇਖ ਲਓ। ਇੱਕ ਤਾਂ ਤੁਸੀਂ ਫਿਰ ਵੀ ਕੱਸ ਲੈਣਾ ਕਲੈਂਪ, ਮੀਲ ਚਲਾ ਕੇ ਦੇਖ ਲਓ, ਕੋਈ ਜਦੋਂ ਟਰੱਕ ਥੋੜ੍ਹਾ ਚੱਲਿਆ ਨਹੀਂ ਚੈਨਾਂ ਤੁਹਾਡੀਆਂ ਸਲਾਈਟਲੀ ਢਿੱਲੀਆਂ ਹੋ ਜਾਣੀਆਂ, ਅਤੇ ਫਿਰ ਤੁਸੀਂ ਬਾਕੀ ਦੀ ਤੁਹਾਨੂੰ ਪੀਸ ਓਫ ਮਾਇੰਡ ਲਈ, ਪੀਸ ਓਫ ਮਾਇੰਡ ਲਈ ਮੀਲ ਕੁ ਚਲਾ ਕੇ ਟਰੱਕ ਰੋਕ ਕੇ ਤੁਸੀਂ ਦੁਬਾਰਾ ਦੇਖ ਸਕਦੇ ਕੱਸ ਕੇ ਇਹਨੂੰ ਕੱਸ ਹੁੰਦੀ ਹੈ ਤਾਂ ਨਹੀਂ। ਅਤੇ ਮਜ਼ਾਕ ਆ ਜੀ, ਤੁਹਾਡੀ ਚੈਨ ਲਿਸ ਜਾਵੇ ਡਿੱਗ ਜਾਵੇ ਟੁੱਟ ਜਾਵੇ, ਟੁੱਟਣ ਦਾ ਭਾਜੀ ਇੱਕ ਹੀ ਕਾਰਨ ਕਰਕੇ ਚੇਨ ਟੁੱਟਦੀ ਆ, ਘੱਸ ਕੇ ਟੁੱਟਦੀ। ਜਦੋਂ ਓਵਰ ਯੂਜ਼ ਹੋ ਜਾਂਦੀ ਆਪਾਂ 7-8 ਵਾਰੀ, 10 ਵਾਰੀ, 15 ਵਾਰੀ ਪਾ ਲੈਂਦੇ ਹਾਂ, ਜਾਂ ਦੂਜਾ ਤਰੀਕਾ ਹੈਗਾ ਭਾਵੇਂ ਨਵੀਆਂ ਚੈਨਾਂ ਕੱਢੀਆਂ ਬੈਚ, ਇਹ ਵੀ ਮੈਂ ਤੋੜ ਸਕਦਾ। ਟੁੱਟੀਆਂ ਕਦੋਂ ਆ, ਜਦੋਂ ਸਪੀਡ ਲਿਮਿਟ ਲਿਖ ਲਈ ਆ 25 ਦੀ 30 ਦੀ ਮੈਕਸ, ਤਾਂ ਮੈਂ ਭਜਾਈ ਜਾਂਦਾ 55-60 'ਤੇ, ਅਤੇ ਇਹੋ ਜਿਹੇ ਵੱਜ ਵੱਜ ਗਏ ਨਾ ਜੀ ਇਹਨਾਂ ਦਾ ਟੁੱਟ ਜਾਣੀਆਂ ਇਹ, ਅਤੇ ਉਹੀ ਦੋ ਤਰੀਕੇ ਕਾਰਨ ਹੈ ਟੁੱਟਣ ਦੇ, ਹੋਰ ਕੋਈ ਕਾਰਨ ਨਹੀਂ ਹੈਗਾ ਭਾਅ ਜੀ ਟੁੱਟਣ ਦਾ। ਅਤੇ ਨਵੀਆਂ ਤਾਂ ਬਿਲਕੁਲ ਨਹੀਂ ਟੁੱਟਣੀ ਚਾਹੀਦੀਆਂ, ਜੇ ਤੁਸੀਂ ਜਿੰਨੀ ਸਪੀਡ ਲਿਮਿਟ ਕਹੀ ਉਹਨਾਂ ਨੇ ਉੱਨੀ 'ਤੇ ਚਲਾਉਣੇ, ਹੁਣ ਪਿੱਛੇ ਆ ਜਾਂਦੇ ਹੈ ਨਾ ਜੀ, ਅਤੇ ਪਿੱਛੇ ਸੇਮ ਤੀ ਇਹੀ ਆ ਜੀ, ਪਹਿਲਾਂ ਪਾ ਲੈਣਾ ਇੱਧਰ ਅੰਦਰ, ਪਹਿਲੇ 'ਚ ਪਾ ਲਿਆ ਹੈ ਨਾ ਜੀ, ਕਿਉਂਕਿ ਚੈਨਾਂ ਦਾ ਟਾਰਸ ਇਹ, ਟਾਇਰਾਂ ਦਾ ਸਾਈਜ਼ ਆਪਣਾ ਇਹ ਸਾਈਜ਼ ਦੀਆਂ ਚੈਨਾਂ ਆ, ਟਾਇਰਾਂ ਦੇ ਸਾਈਜ਼ ਦੀਆਂ ਜੀ। ਅਤੇ ਇਸ ਤੋਂ ਪਹਿਲਾਂ ਹੁਣ ਜਿੱਦਾਂ ਆਪਾਂ ਕਾਹਲੀ ਕਾਹਲੀ ਕਰ ਗਏ ਸ਼ੁਰੂ, ਪਰ ਸਟੈਪ ਆਪਾਂ ਸਟੈਪ ਬਾਏ ਸਟੈਪ ਫੋਲੋ ਕਰਨਾ, ਪਿੱਛੋਂ ਆਪਾਂ ਜਿਹੜੀ ਝੋਲ ਹੈ ਨਾ ਉਹ ਕੱਢਣੀ ਆ, ਝੋਲ ਕੱਢ ਕੇ ਪਲੱਸ ਨਾ ਕਰਕੇ ਇਹਨੂੰ ਨਾ ਕਰਕੇ ਜੀ ਇੱਧਰ ਲਈ ਇਹ ਪਾ ਦਿੱਤੀ ਜੀ ਪਹਿਲੇ 'ਤੇ, ਇੱਧਰੋਂ ਫੜੀ ਇੱਧਰੋਂ ਪੈਰ ਨੂੰ, ਤਾਂ ਜਿੱਦਾਂ ਆਪਾਂ ਦੂਸਰੇ 'ਤੇ ਪਾਏ ਸੀ ਦੂਸਰੇ 'ਤੇ ਪੈ ਜਾਣੀ ਸੌਖੀ, ਦੇਖੀ ਦੂਸਰੇ ਦੂਸਰੀ ਲੈਂਕ 'ਤੇ ਪਾ ਦੇ ਨੇ ਪੈ ਗਈ ਸੌਖੀ। ਤੁਹਾਡਾ ਨਹੀਂ ਆਪਣਾ ਠੰਡ ਪੈ ਰਹੀ ਆ, ਨਹੀਂ ਤੁਹਾਡਾ ਚੰਗੀ ਤਰ੍ਹਾਂ ਜ਼ੋਰ ਲੱਗ ਰਿਹਾ, ਤੁਸੀਂ ਪਹਿਲੇ 'ਤੇ ਪਾ ਸਕਦੇ ਹਾਂ, ਕਿਉਂਕਿ ਜਿਹੜਾ ਸਾਈਜ਼ ਹੈ ਨਾ ਪਹਿਲੇ ਵਾਲਾ ਤਾਂ ਹੈਗਾ ਹੀ ਆ ਜੀ, ਇਹ ਹੋ ਗਈ, ਪਰ ਮੈਂ ਲਾਈਕ ਨਹੀਂ ਕਰਦਾ ਜੀ। ਦੇਖੋ ਜੀ ਆਹ ਦੇਖੋ ਕਿੰਨੀ ਝੋਲ ਹੈ ਇੱਧਰ, ਅਤੇ ਮੈਨੂੰ ਫਾਇਦਾ ਨਹੀਂ ਹੈਗਾ ਗਾ, ਮੈਂ ਥੋੜ੍ਹਾ ਜਾਨ ਆਪਣੀ ਜ਼ੋਰ ਨਾਲ ਲਾਵਾਂ ਤਾਂ ਮੈਂ ਢਿੱਲੀ ਚੈਨ ਚਲਾ ਕੇ। ਦੇਖੋ ਜੀ ਆਹ ਚਾਬੀ ਦੀ ਲੋੜ ਨਹੀਂ ਪੈਣੀ, ਦੇਖੀ ਤੁਹਾਨੂੰ ਕੱਸ ਕੇ ਦਵਾਉਂਦੇ, ਦੇਖੋ ਜੀ ਆਪੇ ਹੱਥ ਨਾਲ ਕੱਸੀ ਜਾਣੀ, ਇਹਦਾ ਫਿਰ ਮਤਲਬ ਕੀ ਹੈ ਜੀ, ਢਿੱਲੀ ਆਈ ਚੈਨ ਹੈ ਨਾ, ਵੀ ਤੁਹਾਡੀ ਹੱਥ ਨਾਲ ਕੱਸ ਹੋ ਰਹੀ ਆ, ਹੱਥ ਨਾਲ ਨਾ ਕੱਸ ਹੋਵੇ। ਅਤੇ ਹੁਣ ਜੀ ਦੇਖੋ ਜੀ ਪਾਉਣੀ ਮੈਂ ਦੂਸਰੇ 'ਤੇ ਹੀ ਆ ਜੀ, ਭਾਵੇਂ ਥੋੜ੍ਹਾ ਜਿਹਾ ਭਾਵੇਂ ਮੈਨੂੰ ਮਿੰਟ ਐਕਸਟਰਾ ਲੱਗ ਜੇ ਆਪਣਾ, ਦੂਸਰੇ 'ਤੇ ਪਾਈ ਨਾ ਇਹ ਡਿਫਰੈਂਸ ਦੇਖੋ ਜੀ,
ਡਿਫਰੈਂਸ ਦੇਖੋ ਜੀ। ਅਗੇਨ ਥੱਲੇ ਸ਼ੁਰੂ ਕਰਨਾ, ਆਹ ਤਾਂ ਟੁੱਟਿਆ ਪਿਆ, ਆਹ ਦੋ ਬੈਗ ਸੀਗੇ ਆਪਾਂ ਦੂਸਰੇ 'ਚ ਕੱਢ ਲਿਆ, ਥੱਲੇ ਆ ਜਾਓ। ਠੀਕ ਹੈ ਜੀ, ਥੱਲਿਓਂ ਕਿਹਾ ਕਿ ਥੱਲਿਓਂ ਮੈਂ ਤਾਂ ਕਹਿੰਦਾ ਕਿ ਥੱਲਿਓਂ ਝੋਲ ਰਹਿ ਜਾਂਦੀ ਆ, ਬਹੁਤ ਵਧੀਆ ਥੱਲਿਓਂ ਟਾਇਟ ਆ, ਇਹਨੂੰ ਵੀ ਤੋੜਨਾ ਇਹ ਵੀ ਆਪਾਂ ਕੱਸਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਕੋਈ ਫਾਇਦਾ ਨਹੀਂ ਆਇਆ ਹੈਗਾ। ਹੁਣ ਤੁਸੀਂ ਸਾਈਡ ਆ ਗਏ, ਇੱਧਰੋਂ ਜੀ ਉਹੀ ਆਪਣਾ ਸਟੈਪ, ਝੋਲ ਜਿਹੜੀ ਆਪਾਂ ਕੱਢਣੀ ਆ, ਕੋਈ ਝੋਲ ਹੀ ਤੁਹਾਡੀ ਚੈਨ ਲਾਉਂਦੀ ਆ, ਝੋਲ ਹੈ ਨਹੀਂ ਗੀ ਤਾਂ ਚੈਨ ਨਹੀਂ ਦੱਸਣੀ, ਉਹੀ ਪੁੱਛੋ ਫਿਰ ਤੁਹਾਨੂੰ ਲੱਗਦਾ ਮਤਲਬ ਕਿ ਤੁਹਾਡਾ ਟ੍ਰੇਲਰ ਇੱਥੇ ਆ ਰਿਹਾ, ਤੁਹਾਡਾ ਨਹੀਂ ਹੈ ਖੁੱਕ ਪੈ ਰਹੀ ਆ, ਜਿੱਦਾਂ ਮੈਂ ਕਿਹਾ ਸਲਾਈਟਲੀ ਇੱਥੋਂ ਸਲਾਈਟਲੀ ਥੋੜ੍ਹਾ ਜਿਹਾ ਨਾ ਚੈਨ ਉੱਧਰ ਕਰ ਲਓ ਸਲਾਈਟਲੀ, ਇਹ ਦੇਖੋ ਜੀ ਹੁਣ ਡਿਫਰੈਂਸ ਹੁੰਦਾ ਨਾ ਉਹਨਾਂ ਪੈ ਜਾਣਾ ਇਹਦੇ ਵਿੱਚ, ਦੇਖੋ ਜੀ ਬਾਅਦ 'ਚ ਪਰ ਉਹਨੂੰ ਉੱਥੇ ਨਹੀਂ ਛੱਡਣਾ ਆਪਾਂ ਵਾਪਸ ਲੈਣਾ ਇਹਨੇ, ਹਾਂ ਜੀ ਵਾਪਸ ਇੱਧਰ ਦੂਜੀ ਲਾਈਨ 'ਚ ਆ ਜੀ, ਇਹ ਚੈਨ ਦੇ ਕਿਸੇ ਕਾਰਨ ਕਰਕੇ ਥੱਲੇ ਰਹਿ ਗਈ ਆਪਣੇ, ਪਰ ਜੇ ਤੁਸੀਂ ਸਨੋਅ 'ਤੇ ਹੈਗੇ ਆ ਬਹੁਤ ਘੱਟ ਚਾਂਸਿਸ ਆ, ਕਿਉਂਕਿ ਆਪਣੀ ਹੈਗੀ ਸੁੱਕੀ ਜਗ੍ਹਾ ਅਤੇ ਇੱਥੇ ਇੰਨੇ ਵਿੱਚ ਜਾਣ ਦੇ ਚਾਂਸਿਸ ਜ਼ਿਆਦਾ ਆ, ਪਰ ਆਪਾਂ ਕਈ ਵਾਰ ਕਹਿੰਦੇ ਹਾਂ ਵੀ ਇੱਥੇ ਲਾ ਕੇ ਐਂ ਕਰ ਲਈਏ ਹੈ ਨਾ, ਪੂਰੀ ਕਿਤੇ ਸਹੀ ਆਪਣਾ ਸਾਈਜ਼ ਆ ਸਹੀ ਆ ਹੈ ਨਾ, ਇੱਥੇ ਇੰਨੇ ਕਰਨਾ ਨੇ ਪਰ ਸਹੀ ਨਹੀਂ ਹੈਗਾ, ਕਿਉਂਕਿ ਇੱਥੇ ਢਿੱਲ ਪਈ ਹੋਈ ਆ, ਇਹ ਚੈਨ ਲੱਥਣੀ ਲੱਥਣੀ ਜਾਂ ਇੱਥੇ ਹੁੱਕਣਾ ਸੀਗਾ, ਜਦੋਂ ਘੁੰਮਦਾ ਨਾ ਇੱਥੇ ਜਾ ਕੇ ਹੁੱਕਦਾ, ਤੁਸੀਂ ਡਿਫਰੈਂਸ ਦੀ ਗੱਲ ਕਰ ਰਹੇ ਗਿੱਠ ਦੀ, ਗਿੱਠ ਦਾ ਗੈਪ ਹੈ ਜੀ, ਇਹ ਜਿੱਦਾਂ ਹੋ ਜਾਂਦਾ ਅਤੇ ਇਹਦਾ ਮਤਲਬ ਇਹ ਨਹੀਂ ਹੈਗਾ ਹੁਣ ਤੁਹਾਡੀ ਸਹੀ ਚੈਨ ਸਹੀ ਪੈ ਗਈ, ਤੁਸੀਂ ਕੱਸ ਵੀ ਦਿਓਗੇ ਨਾ, ਤੁਸੀਂ ਆਹ ਹੱਥ ਨਾਲ ਕੱਸੇ ਜਾਣੇ ਆ ਹੈ ਨਾ, ਹੱਥ ਨਾਲ ਕੱਸ ਵੀ ਦਿਓਗੇ ਅਤੇ ਫਿਰ ਵੀ ਇਹ ਤੁਹਾਡੀ ਚੈਨ ਢਿੱਲੀ ਆ ਗਿੱਠ ਬਾਕੀਆਂ ਚੈਨਾਂ ਨਾਲ, ਇਹਨੂੰ ਆਪਾਂ ਫਿਲਹਾਲ ਇੱਦਾਂ ਰਹਿਣ ਦਿੰਦੇ ਹਾਂ, ਕਿਉਂਕਿ ਮੈਨੂੰ ਟਰੱਕ ਥੋੜ੍ਹਾ ਜਿਹਾ ਪਿੱਛੇ ਨੂੰ ਕਰਨਾ ਪੈਣਾ ਆਹ ਥੋੜ੍ਹੀ ਬਾਹਰ ਕੱਢਣ ਲਈ, ਮਾੜਾ ਪਿੱਛੇ ਹੋਇਆ ਨਹੀਂ ਅਤੇ ਨਾਲ ਹੀ ਆਪਣੀ ਜਿਹੜੀ ਜਿਹੜਾ ਢਿੱਲ ਆ ਆਪਣੀ ਢਿੱਲੀ ਜਿੱਥੋਂ ਅਤੇ ਆਪਣੀ ਅੱਗੇ ਨੂੰ ਆ ਜਾਣੀ ਆ ਤਾਂ ਪੈ ਲੈਣਾ, ਫਿਰ ਇਹ ਕਰਨ ਦੀ ਬਜਾਏ ਆਪਾਂ ਪਹਿਲਾਂ ਜਿਹੜਾ ਲਾਸਟ ਵਾਲਾ ਟਾਇਰ ਆ ਗਿਆ ਉਹ ਪਾ ਲਈਏ ਹੈ ਨਾ ਜੀ, ਉਹੀ ਸੇਮ ਗੱਲ ਜੀ, ਪਿੱਛੋਂ ਪਹਿਲਾਂ ਸਟੈਪ ਪਿੱਛੇ ਜਿਹੜੀ ਝੋਲ ਕੱਢਦੇ ਆਉਂਦੇ ਹੋਏ ਝੋਲ ਕੱਢਣੀ ਆ, ਇਹਦਾ ਮਤਲਬ ਵੀ ਜਿਵੇਂ ਹੁਣ ਪਹਿਲਾਂ ਮੈਂ ਗੱਲ ਕਰ ਰਿਹਾ ਸੀਗਾ ਇੱਦਾਂ ਨਹੀਂ ਚਾਹੀਦੀ ਹੈਗੀ, ਇੱਦਾਂ ਮਤਲਬ ਤਾਂ ਇੱਧਰੋਂ ਹੈਗੀ ਆ ਨਿਕਲ ਜਾਣੀ ਆ, ਪਰ ਇਹ ਸਿੱਧੀ ਚਾਹੀਦੀ ਆ ਹੈ ਨਾ ਜੀ, ਸਿੱਧੀ ਇੱਦਾਂ ਸੀ ਇਹ ਜੀ, ਇੱਦਾਂ ਦਾ ਮਤਲਬ ਆਪਾਂ ਤਾਂ ਲੱਗਣਾ ਕਰਦੇ ਨਿਕਲ ਜਾਣੀ ਅਤੇ ਨਾ ਹੀ ਤੁਹਾਡੇ ਆਪਣਾ ਚੈਨ ਸਹੀ ਪੈਣੀ ਆ, ਸਹੀ ਹੈ ਜੀ ਠੀਕ ਹੈ ਜੀ, ਇੱਧਰੋਂ ਹੁਣ ਜੇ ਪੈ ਗਈ ਇੱਧਰੋਂ ਬਾਹਰ ਹੀ ਇਹ ਹੁਣ ਇਹਦੇ 'ਚ ਆਪਣੀ ਝੋਲ ਹੈ ਨਹੀਂ ਉਹ ਪਿਛਲੀ ਵਾਲੀ ਵਾਂਗੂ, ਇਸ ਦੇ ਬੈਠੀ ਨਹੀਂ, ਘੱਟੋ ਘੱਟ ਦੂਜੇ ਜਾਣੀ ਚਾਹੀਦੀ ਆ, ਪਹਿਲੇ 'ਚ ਤਾਂ ਸਹੀ ਨਹੀਂ ਹੈਗੀ ਘੱਟੋ ਘੱਟ, ਜੇ ਤਾਂ ਅਸੀਂ ਗਲਵਜ਼ ਪਾਏ ਨਾ ਪ੍ਰੋਪਰ, ਤੁਸੀਂ ਆਪਣੇ ਗਲਵਜ਼ ਪਾਏ ਆ ਪ੍ਰੋਪਰ ਸ਼ੂ ਪਾਏ ਆ ਪ੍ਰੋਪਰ ਆਪਣੀ ਜੈਕਟ ਪਾਈ, ਹੁਣ ਤਾਂ ਚਲੋ ਧੁੱਪ ਲੱਗੀ, ਮੈਂ ਹੁਣ ਗਲਵਜ਼ ਪਾ ਕੇ ਰੇਨਕੋਟ ਪਾ ਕੇ ਕੋਈ ਸੈਂਸ ਨਹੀਂ ਬਣਦੀ ਹੈਗੀ, ਪਰ ਤੁਹਾਡੇ ਗਲਵਜ਼ ਪਾਏ ਨਾ ਅੱਜ ਤਾਂ ਹੁਣ ਜ਼ੋਰ ਲੈਣਾ, ਇੰਨਾ ਜ਼ੋਰ ਨਹੀਂ ਲੱਗਣਾ ਤੁਹਾਡਾ, ਪਾਉਣ ਨੂੰ ਤਾਂ ਪਹਿਲੀ ਲਾਈਨ 'ਚ ਹੀ ਪਾ ਸਕਦਾ ਜੀ, ਪਰ ਆਪਣੀ ਚੈਨ ਹੈ ਢਿੱਲੀ, ਮੈਂ ਬਾਰ ਬਾਰ ਰਿਪੀਟ ਸਟੈਪ ਤਾਂ ਕਰ ਰਿਹਾ ਕਿ ਆਪਾਂ ਇਹ ਛੋਟੀ ਜਿਹੀ ਮਿਸਟੇਕ ਨਾ ਕਰੀਏ ਜਿੱਦਾਂ ਮੈਂ ਆਹ ਕੀਤੀ ਹੋਈ ਆ, ਇੱਦਾਂ ਆਹ ਚੇਂਜ ਜੀ ਬਿਲਕੁਲ ਗਲਤ ਹੈ ਜੀ, ਹੁਣ ਆਪਾਂ ਇੱਦਾਂ ਰਹਿਣ ਦਿੰਦੇ ਮੰਨ ਲਓ ਕੱਸ ਕੇ ਚਲ ਜਾਂਦੇ, ਆਹ ਦੇਖੋ ਜੀ
ਹਲੇ ਮੈਂ ਜ਼ਿਆਦਾ ਟੱਚ ਨਹੀਂ ਕੀਤਾ ਹਲੇ, ਆਹ ਦੇਖੋ ਜਾ ਰਹੀ ਨੇ ਬਾਹਰ ਨੂੰ, ਇਹਨੇ ਹੁਣ ਡਿੱਗਣਾ ਵਿੱਚ ਐਕਸਲ ਦੇ। ਜਦੋਂ ਐਕਸਲ ਦੇ ਵਿੱਚ ਡਿੱਗੀ ਆਪਣਾ ਐਕਸਲ ਬ੍ਰੇਕ ਕਰੂ, ਜ਼ਿਆਦਾ ਡੈਮੇਜ ਹੋਊ, ਆਪਾਂ ਸਨੋਅ ਦੇ ਵਿੱਚ ਸਟੱਕ ਹੋਵਾਂਗੇ, ਮਕੈਨਿਕ ਦੀ ਵੇਟ ਕਰਾਂਗੇ, ਕੋਈ ਫਾਇਦਾ ਨਹੀਂ ਹੈਗਾ। ਗੱਲ ਹੈਗੀ ਛੋਟੀ ਜੀ, ਗੱਲ ਹੈਗੀ ਛੋਟੀ ਜੀ, ਇਹ ਆਹੀ ਚੈਨ ਦਾ ਸਹੀ ਪੈ ਗਏ, ਪ੍ਰੋਬਲਮ ਨਹੀਂ ਹੈਗੀ। ਹੁਣ ਆਪਾਂ ਇਹਨਾਂ ਨੂੰ ਦੇਖਦੇ ਹਾਂ ਵੀ ਕਿੱਦਾਂ ਹੁਣ ਇਹ ਸਹੀ ਪੈਂਦੀ ਹੈ, ਜਿਹੜੀ ਜਿਹਨੂੰ ਕਹੀ ਨਾ, ਇਹਨੂੰ ਆਪਾਂ ਕਿੱਦਾਂ ਨਹੀਂ ਕਰਦੇ। ਹੁਣ ਮੈਨੂੰ ਨਾ ਇਹ ਕੱਢਣੀ ਕੱਢਣੀ ਆਪਾਂ ਕਰਕੇ ਨਾ, ਇਹਨੂੰ ਖੋਲ੍ਹ ਕੇ ਇੱਕ ਵਾਰੀ ਮਾੜਾ ਜਿਹਾ ਇੱਧਰੋਂ ਵਿੱਚ ਠੀਕ ਆ ਜੀ, ਗਲਤ ਪ੍ਰੋਪਰ ਹੋਣ ਨਾ ਭਾਜੀ। ਆਹ ਦੇਖੋ ਗਰੀਸ ਲੱਗੀ ਆ, ਉਹ ਤਾਂ ਤਿਲਕੀ ਜਾਂਦੇ ਆ, ਕੋਈ ਫਾਇਦਾ ਨਹੀਂ ਹੈਗਾ। ਗ੍ਰਿਪ ਇੰਨਾ ਬੰਨ ਹੀ ਨਹੀਂ, ਮੈਨੂੰ ਲਾ ਦੇਣ ਚੱਕੀ ਲਾ ਕੇ ਪਾਸੇ ਭਾਈ, ਇਹੀ ਆਪਾਂ ਕੱਸ ਕੇ ਪਾ ਦਿੱਤੀ ਆ, ਇੰਨੀਆਂ ਤਾਂ ਘੁਮਾਉਣ ਦੀ ਲੋੜ ਨਹੀਂ ਹੈਗੀ। ਪਰ ਮੈਂ ਤਾਂ ਇਹੀ ਕਹਿੰਦਾ ਜੀ, ਸੇਫਟੀ ਲਈ ਮੀਲ ਚਲਾ ਲਵੋ, ਮੀਲ ਚਲਾ ਕੇ ਭਾਜੀ ਦੀ ਮਰਜ਼ੀ ਕੱਸੀ ਹੋਈ ਆ, ਢਿੱਲ ਫਿਰ ਪੈ ਜਾਣੀ। ਇੱਕ ਵਾਰੀ ਮੀਲ ਚਲਾ ਕੇ ਜਿਹੜਾ ਮੈਂ ਕੋਈ ਵੀ ਟਾਈਮ ਸਰ ਕੱਸਿਆ ਨਹੀਂ ਹੈਗਾ, ਕੋਈ ਲੋਕ ਨਹੀਂ ਕੀਤਾ, ਸਾਰਾ ਢਿੱਲ ਹੀ ਆ ਮੇਰੇ, ਕੋਈ ਕੱਸ ਨਹੀਂ ਹੋਣਾ।